ਅਤੇ ਜਦੋਂ ਇਹਨੇ ਕਿਹਾ ਕਹਿੰਦਾ 4,500 ਕਰੋੜ ਅਸੀਂ ਅੰਮ੍ਰਿਤਸਰ 'ਤੇ ਲਾਤਾ ਹੈ ਨਾ, ਉਦੋਂ ਮੈਂ ਉੱਠ ਕੇ ਬੋਲ ਪਿਆ। ਮੈਨੂੰ ਪੂਰੇ ਜ਼ੋਰ ਨਾਲ ਕਿਹਾ ਆਵਾਜ਼ ਮਾਰ ਕੇ, ਮੈਂ ਯਾਰ ਕਿਉਂ ਝੂਠ ਬੋਲੀਏ ਨਾ ਉਹਨਾਂ ਤੋਂ, ਅਤੇ ਬੇਵਕੂਫ ਬਣਾਈਆਂ ਲੋਕਾਂ ਨੂੰ, ਅਤੇ ਫਿਰ ਉੱਥੇ ਹਲਚਲ ਹੋ ਗਈ, ਫਿਰ ਮੈਂ ਜੁੱਤੀ ਛੱਡ ਦਿੱਤੀ ਹੈ ਨਾ। ਗੁੱਸਾ ਪਹਿਲੀ ਸੀ, ਮੈਂ ਤਾਂ ਘਰੋਂ ਮੱਤ ਕੇ ਗਿਆ ਸੀਗਾ ਜੀ ਵੀ ਜੁੱਤੀ ਛੁੱਟੀ ਛੁੱਟੀ, ਜੇ ਕਿਤੇ ਬਾਹਰ ਮਿਲ ਜਾਂਦਾ, ਬਾਹਰ ਮਿਲਦਾ ਮੈਂ ਥੱਪੜ ਮਾਰ ਲੈ, ਵੱਡੀ ਗੱਲ ਨਹੀਂ, ਮਾਰ ਦਿੰਦਾ। ਮੈਂ ਕਿਸੇ ਪਾਰਟੀ ਵੱਲ ਨਹੀਂ ਜਾਣਾ ਜੇ ਮੈਂ ਇਲੈਕਸ਼ਨ ਲੜਨੀ ਹੋ, ਹੈ ਨਾ। ਦੇਖੋ ਕੱਲ੍ਹ ਨੂੰ ਕੀ ਹੋ ਸਕਦਾ ਹੈ ਨਾ, ਇਹ ਸੰਗਤ 'ਤੇ ਡਿਪੈਂਡ ਹੈ। ਜੇ ਮੈਨੂੰ ਕੋਈ ਹੈ ਨਾ ਆਮ ਜਨਤਾ ਵੱਲੋਂ ਕੋਈ ਅਪਰੋਚ ਹੋਊਗੀ, ਹੈ ਨਾ, ਮੈਂ ਉਸ ਹਿਸਾਬ ਨਾਲ ਕੋਈ ਫੈਸਲਾ ਲੈ ਸਕਦਾ। ਹਾਲੇ ਮੈਂ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦਾ, ਨਾ ਮੈਂ ਰੱਖਣੇ, ਠੀਕ ਹੈ। ਇਹਨਾਂ ਪਾਰਟੀਆਂ ਦਾ, ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਸਾਨੂੰ ਬਾਈਕਾਟ ਕਰਨਾ ਜੇ ਪੰਜਾਬ ਨੂੰ ਬਚਾਉਣਾ ਹੈ। ਔਰ ਯੂਥ ਨੂੰ ਬੇਨਤੀ ਹੈ ਵੀ ਲੜਾਈ ਤੋਂ ਥੋੜ੍ਹਾ ਸੰਕੋਚ ਕਰੋ, ਜੇ ਕੋਈ ਲੀਡਰ ਮਿਲਦਾ ਹੈ ਉਹਨੂੰ ਸਵਾਲ ਕਰੋ, ਮੱਥੇ 'ਤੇ ਤਰੇੜੀਆਂ ਆ ਜਾਣ, ਠੀਕ ਹੈ। ਪੰਜਾਬ ਅੱਜ ਕਿਹੜੇ ਰਸਤੇ ਤੁਰ ਪਿਆ ਜੀ, ਨਸ਼ਿਆਂ ਦਾ ਦਲਦਲ ਇੱਥੇ ਹੈਗਾ, ਠੀਕ ਹੈ ਜੀ, ਅਤੇ ਇਹਨਾਂ ਨੇ ਲੁੱਟ ਖਸੁੱਟ ਜਿਹੜੀ ਕੀਤੀ ਹੈ, ਪੰਜਾਬ ਨੂੰ ਤਾਂ ਜੀ ਇੱਕ ਬਸ ਮਜ਼ਦੂਰ ਬਣਾ ਕੇ ਰੱਖ ਦਿੱਤਾ ਇਹਨਾਂ ਨੇ। ਜੇ ਇਲੈਕਸ਼ਨ ਲੜਨੀ ਹੋ, ਇਲੈਕਸ਼ਨ ਤਾਂ ਦੇਖੋ ਖਰਚਾ ਕਰਨ ਦੀ ਲੋੜ ਨਹੀਂ, ਮੈਂ ਇੱਕ ਗੱਡੀ 'ਤੇ ਆਪ ਜਾਊਂਗਾ, ਠੀਕ ਹੈ, ਜਿੱਥੇ ਕਹੂੰਗਾ ਉੱਥੇ ਇਲੈਕਸ਼ਨ ਲੜੂੰਗਾ, ਆਜ਼ਾਦ ਲੜੂੰਗਾ, ਠੀਕ ਹੈ। ਮੈਂ ਕੀ ਕਰਨਾ ਜੀ, ਮੈਂ ਤਾਂ ਕਰਤੂਤਾਂ ਦੱਸਣੀ ਇਹਨਾਂ ਦੀ। ਕਥਾ ਵਾਚਕ ਹੋ ਤੁਸੀਂ, ਕੀ ਸੰਗਤ ਸੋਚੇਗੀ ਕਿਸ ਤਰ੍ਹਾਂ ਦਾ ਤੁਸੀਂ, ਮਤਲਬ ਕਥਾ ਵਾਚਕ ਹੋਣ ਦੇ ਬਾਵਜੂਦ ਤੁਸੀਂ ਕਿਹੜੇ ਰਸਤੇ ਨੂੰ ਤੁਸੀਂ ਅਪਣਾ ਲਿਆ? ਭਾਅ ਜੀ, ਗੁਰੂ ਸਾਹਿਬ ਦੇ ਨਾਲ ਜਿੰਨੇ ਸਿੰਘ ਸੀ ਸਾਰੇ ਉਹ ਬਾਣੀ ਪੜ੍ਹਨ ਵਾਲੇ ਸੀ, ਕਥਾ ਕਰਨ ਵਾਲੇ ਸੀ, ਠੀਕ ਹੈ। ਉਹਨਾਂ ਨੇ ਖੰਡੇ ਖੜਕਾਏ ਨੇ ਮੈਦਾਨਾਂ ਦੇ ਵਿੱਚ ਜਾ ਕੇ, ਠੀਕ ਹੈ, ਦੋਸ਼ੀਆਂ ਦੇ ਖਿਲਾਫ਼ ਹੀ ਖੜਕਾਏ ਨੇ, ਭਲੇ ਮਨ ਨੂੰ ਥੋੜ੍ਹੀ ਕੁੱਟਿਆ ਕਿਸੇ ਨੇ, ਉਹਨਾਂ ਜਿਹੜੇ ਜੋੜ ਠੱਗ ਸੀ ਉਹਨਾਂ ਦੇ ਖਿਲਾਫ਼ ਲੜੇ ਨੇ, ਠੀਕ ਹੈ। ਅਤੇ ਇਹ ਸੁਖਬੀਰ ਬਾਦਲ ਕੇ ਪਰਿਵਾਰ ਸਾਰਾ ਜੋੜ ਠੱਗੀ ਹੈ ਜੀ, ਹੋਰ ਕੀ ਨੇ, ਜੇ ਮੈਂ ਲੜ ਕੇ ਲੜ ਪਿਆ ਮੈਂ ਕੀ ਹੋਣਾ, ਮੈਂ ਤਾਂ ਜੁੱਤੀ ਮਾਰੀ ਹੈ, ਮੈਂ ਕਿਤੇ ਸਿਰ ਥੋੜ੍ਹੀ ਵਜੀ ਹੈ, ਕੋਈ ਡੰਗ ਥੋੜ੍ਹੀ ਮਾਰੀ, ਥੋੜ੍ਹੀ ਕੀਤਾ, ਮੈਂ ਤਾਂ ਰੋਜ਼ ਹੀ ਪ੍ਰਗਟ ਕੀਤਾ। ਬੀਤੇ ਦਿਨ ਅੰਮ੍ਰਿਤਸਰ ਦੇ ਗੋਲਡਨ ਗਲੈਕਸੀ ਰਿਜ਼ੋਰਟ ਦੇ ਵਿੱਚ ਸੁਖਬੀਰ ਸਿੰਘ ਬਾਦਲ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅੱਗੇ ਜੁੱਤੀ ਸੁੱਟਣ ਦਾ ਮਾਮਲਾ ਜੋ ਕਿ ਸਾਹਮਣੇ ਆਇਆ, ਸਾਡੇ ਨਾਲ ਸਰਦਾਰ ਬੂਟਾ ਸਿੰਘ ਜੀ ਹਾਜ਼ਰ ਨੇ, ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਭਾਅ ਜੀ, ਕੀ ਕਾਰਨ ਹੈ ਜਿਹੜਾ ਤੁਹਾਡੇ ਵੱਲੋਂ ਜਿਹੜੀ ਜੁੱਤੀ ਸੁੱਟੀ ਗਈ ਹੈ? ਭਾਅ ਜੀ, ਕਾਰਨ ਤਾਂ ਤਕਰੀਬਨ ਸਾਰੇ ਪੰਜਾਬ ਨੂੰ ਪਤਾ ਹੈ, ਠੀਕ ਹੈ ਜੀ, ਅਤੇ ਮੇਰਾ ਕੋਈ ਇਕੱਲਾ ਨਹੀਂ ਸੀਗਾ, ਪਰ ਮੈਨੂੰ ਪਰਸਨਲੀ ਗੁੱਸਾ ਸੀਗਾ, ਹੈ ਨਾ, ਅਤੇ ਉਹ ਇਹ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੇ ਬੇਅਦਬੀ ਕਰਾਈ ਹੈ, ਇਹਨਾਂ ਦੇ ਰਾਜ ਵਿੱਚ ਹੋਈ ਹੈ, ਹਾਲੇ ਤੱਕ ਕੋਈ ਇਨਸਾਫ ਨਾ ਤਾਂ ਇਹਨਾਂ ਨੇ ਆਪਣੇ ਰਾਜ ਵੇਲੇ ਦਿੱਤਾ, ਅਤੇ ਨਾ ਹੀ ਕਾਂਗਰਸ ਨੇ ਦਿੱਤਾ, ਠੀਕ ਹੈ। ਅਤੇ ਮੈਨੂੰ ਗੁੱਸਾ ਸੀਗਾ, ਮੈਂ ਤਾਂ ਵੇਟ ਕਰਦਾ ਸੀ, ਮੈਂ ਜਦੋਂ ਵੀ ਇਹ ਅੰਮ੍ਰਿਤਸਰ ਤੋਂ ਸ਼ੁਰੂਆਤ ਕਰੂੰਗਾ ਨਾ, ਅਤੇ ਉਦੋਂ ਮੈਂ ਇਹ ਜ਼ਰੂਰ ਇਹਦੇ ਜੁੱਤੀ ਛੱਟ ਕੇ, ਹੈ ਨਾ, ਬਿਲਕੁਲ ਇਹਨੂੰ ਕਰਨਾ ਹੀ ਕਰਨਾ। ਜਿਹੜੀ ਤੁਹਾਡੇ ਵੱਲੋਂ ਜੁੱਤੀ ਸੁੱਟੀ ਗਈ ਹੈ, ਬੇਅਦਬੀ ਮਾਮਲੇ ਵਾਸਤੇ ਸੁੱਟੀ ਗਈ ਹੈ ਜੁੱਤੀ, ਜਾਂ 4.5 ਕਰੋੜ ਦੇ ਜਿਹੜਾ ਵਿਕਾਸ ਹੋਇਆ ਉਹਦੇ ਕਰਕੇ? ਦੇਖੋ, ਮੈਂ ਗਿਆ ਸੀ ਬੇਅਦਬੀ ਮੁੱਦੇ ਦੇ ਲਈ, ਹੈ ਨਾ, ਅਤੇ ਉਹ ਜਿਹੜਾ 4,500 ਕਰੋੜ ਵਾਲਾ ਮਾਮਲਾ ਸੀ, ਉਹ ਤਾਂ ਜਿਹੇ ਝੂਠ ਬੋਲੀ ਜਾਂਦਾ ਸੀ ਉੱਥੇ ਖੜ੍ਹਾ, ਹੈ ਨਾ, ਅਤੇ ਜਦੋਂ ਸਪੀਚ ਦਿੰਦਾ ਸੀ ਉੱਥੇ ਬੋਲ ਬੈਠਾ, ਹੈ ਨਾ, ਅਤੇ ਉਦੋਂ ਮੈਂ ਹੋਰ ਭੱਗ ਗਿਆ, ਹੈ ਨਾ, ਹੋਰ ਗਰਮ ਹੋ ਗਿਆ। ਅਤੇ ਜਦੋਂ ਇਹਨੇ ਕਿਹਾ ਕਹਿੰਦਾ 4,500 ਕਰੋੜ ਅਸੀਂ ਅੰਮ੍ਰਿਤਸਰ 'ਤੇ ਲਾਤਾ, ਹੈ ਨਾ, ਉਦੋਂ ਮੈਂ ਉੱਠ ਕੇ ਬੋਲ ਪਿਆ। ਮੈਨੂੰ ਪੂਰੇ ਜ਼ੋਰ ਨਾਲ ਕਿਹਾ ਆਵਾਜ਼ ਮਾਰ ਕੇ, ਮੈਂ ਯਾਰ ਕਿਉਂ ਝੂਠ ਬੋਲੀਏ ਨਾ ਉਹਨਾਂ ਤੋਂ, ਅਤੇ ਬੇਵਕੂਫ ਬਣਾਈਆਂ ਲੋਕਾਂ ਨੂੰ, ਅਤੇ ਫਿਰ ਉੱਥੇ ਹਲਚਲ ਹੋ ਗਈ, ਫਿਰ ਮੈਂ ਜੁੱਤੀ ਛੱਡ ਦਿੱਤੀ, ਹੈ ਨਾ। ਗੁੱਸਾ ਪਹਿਲੀ ਸੀ, ਮੈਂ ਤਾਂ ਘਰੋਂ ਮੱਥ ਕੇ ਗਿਆ ਸੀਗਾ ਜੀ ਵੀ ਜੁੱਤੀ ਛੁੱਟਣੀ ਛੁੱਟਣੀ ਹੈ, ਜੇ ਕਿਤੇ ਬਾਹਰ ਮਿਲ ਜਾਂਦਾ, ਬਾਹਰ ਮਿਲਦਾ ਮੈਂ ਥੱਪੜ ਮਾਰ ਨਸ਼ੇ ਦੇ, ਵੱਡੀ ਗੱਲ ਨਹੀਂ, ਮਾਰ ਦਿੰਦਾ। ਤੁਹਾਨੂੰ ਕੋਈ ਡਰ ਨਹੀਂ ਲੱਗਿਆ ਜਿਸ ਤਰ੍ਹਾਂ ਤੁਸੀਂ ਘਰੋਂ ਪਹਿਲਾਂ ਸੋਚ ਕੇ ਗਏ ਜੇ? ਡਰ ਕਾਹਦਾ ਭਾਅ ਜੀ, ਸਾਡੀ ਕੌਮ ਬਣੀ ਕਰਵਾਉਣੀ ਲਈ, ਠੀਕ ਹੈ, ਜੇ ਮੇਰੀ ਜਾਨ ਚੱਲੀ ਜਾਊ ਕਿੱਡੀ ਖਾਸ ਗੱਲ ਹੈ, ਠੀਕ ਹੈ ਜੀ, ਇਹ ਕੋਈ ਡਰ ਵਾਲੀ ਗੱਲ ਹੈ ਹੀ ਨਹੀਂ ਸੀ, ਅਤੇ ਨਾ ਹੀ ਡਰਿਆ ਕਿਤੇ, ਨਾ ਹੀ ਡਰਨਾ ਭਾਅ ਜੀ, ਚੋਰਾਂ ਤੋਂ ਕਾਹਦਾ ਡਰਨਾ ਭਾਅ ਜੀ, ਠੀਕ ਹੈ, ਆਪਾਂ ਸੱਚੇ ਇਨਸਾਨ ਹਾਂ, ਜੇ ਕਿਤੇ ਕੁਛ ਹੋ ਜਾਂਦਾ ਕੋਈ ਖਾਸ ਗੱਲ ਨਹੀਂ। ਤੁਹਾਡੇ ਵੱਲੋਂ ਪਹਿਲਾਂ ਪਲੈਨਿੰਗ ਕੀਤੀ ਗਈ ਕਿ ਜੁੱਤੀ ਆਪਾਂ ਮਾਰਨੀ ਮਾਰਨੀ ਹੈ?
ਮੈਂ ਤਾਂ ਭਾਅ ਜੀ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਜੋਸ਼ੀ ਨੂੰ ਫੋਨ ਵੀ ਕੀਤਾ ਸੀ, ਮੈਂ ਕਿਹਾ ਭਾਅ ਜੀ ਮੈਂ ਸੁਖਬੀਰ ਬਾਦਲ ਨੂੰ ਮਿਲਣਾ ਚਾਹੁੰਦਾ, ਹੈ ਨਾ, ਮਿਲਾ ਸਕਦੇ ਹੋ? ਉਹ ਕਹਿੰਦੇ ਮਿਲਾ ਦੇਵਾਂਗੇ 2 ਦਿਨ ਪਹਿਲਾਂ, ਹੈ ਨਾ। ਚਲੋ 28 ਤਰੀਕ ਨੂੰ ਉਹਨਾਂ ਨੇ ਫੋਨ ਚੱਕੇ ਨੇ, ਬਿਜੀ ਹੋਣਗੇ, ਹੈ ਨਾ। ਮੈਂ ਚੱਲ ਗਿਆ ਅਤੇ ਮੈਂ 5 ਵਜੇ ਵੱਗ ਗਿਆ ਸੀਗਾ, 4:30 ਗਿਆ, 5 ਵਜੇ ਮੈਂ ਸੋਚ ਪਹੁੰਚ ਗਿਆ ਸੀ। ਇਹ ਲੇਟ ਆਇਆ, ਹੈ ਨਾ, ਅਤੇ ਪਹਿਲਾਂ ਮੈਂ ਬਾਹਰ ਵੇਟ ਵੀ ਕੀਤੀ ਹੈ, ਅਤੇ ਬਾਹਰ ਇਹ ਬਹੁਤ ਲੇਟ ਆਏ ਨੇ। ਜੇ ਤਾਂ ਕਿਤੇ ਬਾਹਰ ਆ ਜਾਂਦਾ, ਬਾਹਰ ਤਾਂ ਫਿਰ ਅੰਦਰ ਜਾਣ ਦੀ ਲੋੜ ਨਹੀਂ, ਫਿਰ ਤਾਂ ਮੈਂ ਬਾਹਰ ਹੀ ਥੱਪੜ ਲਾਉਣਾ ਸੀਗਾ, ਜੁੱਤੀ ਬਾਹਰ ਹੀ ਮਾਰ ਦਿੰਦਾ। ਹਾਂਜੀ, ਨਹੀਂ, ਜਿਸ ਤਰ੍ਹਾਂ ਤੁਸੀਂ ਜੋਸ਼ੀ ਸਾਹਿਬ ਨੂੰ ਪਹਿਲਾਂ ਕਾਲ ਕੀਤੀ ਹੈ, ਉਹਨਾਂ ਤੁਹਾਨੂੰ ਉਹਦਾ ਕੋਈ ਅੱਗੇ ਜਵਾਬ ਨਹੀਂ ਦਿੱਤਾ ਗਿਆ ਤੁਹਾਡਾ? ਨਹੀਂ, ਜਵਾਬ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਮਿਲਾ ਦੂੰਗਾ, ਠੀਕ ਹੈ। ਅਤੇ ਮੈਂ ਗਿਆ ਵੀ ਸੀਗਾ ਜੀ ਮਿਲਣ ਵਾਸਤੇ, ਜਦੋਂ ਉੱਦਣ ਹੀ 28 ਨੂੰ ਗਿਆ, ਹੈ ਨਾ, ਅਤੇ ਫਿਰ ਲੇਟ ਆਇਆ ਇਹ, ਅਤੇ ਬਾਕੀ ਉੱਦਣ ਉਹਨੇ ਫੋਨ ਚੱਕਿਆ ਵੀ 28 ਤਰੀਕ ਨੂੰ, 2 ਦਿਨ ਪਹਿਲਾਂ ਫੋਨ ਕੀਤਾ ਸੀ ਉਹਨਾਂ ਨੂੰ ਜੋਸ਼ੀ ਨੂੰ ਮਿਲਣ ਵਾਸਤੇ, ਅਤੇ ਜਿੱਦਣ 28 ਤਰੀਕ ਨੂੰ ਇਹਨੇ ਆਉਣਾ ਸੀ, ਉੱਦਣ ਨੇ ਫੋਨ ਚੱਕਿਆ ਨਹੀਂ, ਬਿਜੀ ਹੋਣਗੇ, ਹੈ ਨਾ। ਅਤੇ ਫਿਰ ਮੈਂ ਆਪਣੇ ਆਪ ਚੱਲ ਗਿਆ, ਕਿਉਂਕਿ ਮੈਂ ਤਾਂ ਘਰੋਂ ਮਿੱਥ ਗਿਆ ਸੀ, ਮੈਂ ਕਿਹਾ ਵੀ ਅੱਜ ਸ਼ੁਕਾ ਨਹੀਂ ਜਾਣਾ ਚਾਹੀਦਾ, ਕਿਉਂਕਿ ਜੋ ਮਰਜ਼ੀ ਹੋ ਜਾਏ ਅੱਜ, ਹੈ ਨਾ, ਅੱਜ ਤਾਂ ਮੈਂ ਕਰਕੇ ਆਊਂਗਾ ਮੈਂ। ਪਰ ਸਾਨੂੰ ਸੂਤਰਾਂ ਤੋਂ ਪਤਾ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ, ਜਿਸ ਨਾਲ ਤੁਹਾਨੂੰ ਪਾਰਟੀਆਂ ਦੇ ਕਾਫੀ ਕਾਲ ਆ ਰਹੀ ਹੈ ਕਿ ਸਾਡੇ ਵਿੱਚ ਸ਼ਾਮਲ ਹੋ ਜਾਓ, ਸਾਡੇ ਵਿੱਚ ਸ਼ਾਮਲ ਹੋ ਜਾਓ, ਕੀ ਕਾਰਨ ਹੈ ਤੁਸੀਂ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਤਾਂ ਨਹੀਂ ਇਹ ਕੰਮ ਕਰ ਰਹੇ? ਨਹੀਂ ਨਹੀਂ ਭਾਅ ਜੀ, ਪਾਰਟੀਆਂ ਦੇਖੋ ਫੋਨ ਬਹੁਤ ਆਏ ਆ, ਹੈ ਨਾ, ਹਜ਼ਾਰਾਂ ਦੀ ਗਿਣਤੀ ਵਿੱਚ ਫੋਨ ਆਏ, 'ਚ ਕੋਈ ਸ਼ੱਕ ਨਹੀਂ, ਹੈ ਨਾ। ਪਰ ਇਹ ਹਾਈਲਾਈਟ ਹੋਣ ਵਾਸਤੇ ਕੁਛ ਨਹੀਂ ਹੈਗਾ ਮੇਰੇ ਕੋਲ, ਮੈਂ ਨਾ ਹੀ ਕਰਨਾ, ਹੈ ਨਾ। ਅਤੇ ਦੇਖੋ, ਮੇਰੇ ਇੱਕ ਦਿਲ ਦੇ ਵਿੱਚ, ਮਨ ਵਿੱਚ, ਹਿਰਦੇ ਵਿੱਚ ਦਰਦ ਹੈ, ਹੈ ਨਾ। ਸਭ ਤੋਂ ਪਹਿਲਾਂ ਦਰਦ ਹੈਗਾ ਗੁਰੂ ਗ੍ਰੰਥ ਸਾਹਿਬ ਵਾਸਤੇ, ਹੈ ਨਾ, ਉਹ ਬੇਅਦਬੀ ਦਾ ਮੁੱਦਾ ਸੀਗਾ, ਅਤੇ ਉਹ ਹਮੇਸ਼ਾ ਹੀ ਰਹੂਗਾ ਜੀ, ਜਿੰਨੇ ਚਿਰ ਇਨਸਾਫ ਦਿੰਦੇ ਨੇ, ਠੀਕ ਹੈ। ਅਤੇ ਦੂਸਰੀ ਗੱਲ ਆ ਜਾਂਦੀ ਹੈ, ਦੇਖੋ ਇਹਨਾਂ ਨੇ 25 ਸਾਲ ਰਾਜ ਕੀਤਾ, ਠੀਕ ਹੈ, ਤਕਰੀਬਨ, ਹੈ ਨਾ। 25 ਸਾਲ ਤਾਂ ਤਕਰੀਬਨ ਬਾਦਲ ਕਹਿੰਦੇ ਨੇ ਕੀਤਾ, 5 ਸਾਲ ਮੁੱਖ ਮੰਤਰੀ ਬਾਦਲ ਸਾਹਿਬ ਰਹਿ ਗਏ, ਠੀਕ ਹੈ, ਅਤੇ 15 ਸਾਲ ਇਹਨੂੰ ਹੁਣ ਹੋ ਗਏ ਲਗਾਤਾਰ, 5 ਸਾਲ ਦਾ ਗੈਪ ਸੀਗਾ, ਠੀਕ ਹੈ ਜੀ। 25 ਸਾਲਾਂ ਦੇ ਵਿੱਚ ਇਹਨਾਂ ਨੇ ਕੱਖ ਨਹੀਂ ਸਵਾਰਿਆ ਪੰਜਾਬ ਦਾ, ਪੰਜਾਬ ਦਾ ਬੇੜਾ ਗਰਕ ਕੀਤਾ, ਕੌਮ ਦਾ ਬੇੜਾ ਗਰਕ ਕੀਤਾ। ਸ਼੍ਰੋਮਣੀ ਕਮੇਟੀ ਨੇ ਅੰਡਰ, ਠੀਕ ਹੈ ਜੀ, ਉਹ ਗੋਲਕਾਂ ਦਾ ਪੈਸਾ ਖਾਈ ਜਾਂਦੇ, ਲੁੱਟੀ ਜਾਂਦੇ ਆ ਜੀ, ਕੋਈ ਕੌਮ ਦਾ ਏਜੰਡਾ ਇਹਨਾਂ ਕੋਲ ਹੈ ਨਹੀਂ, RSS ਦੇ ਅੰਡਰ ਸਾਰਾ ਕੁਛ ਕਰ ਦਿੱਤਾ ਇਹਨੇ, ਠੀਕ ਹੈ ਜੀ। ਅਤੇ ਇਹ ਤਾਂ ਗੁੱਸਾ ਬਣਿਆ ਹੀ ਰਹੂਗਾ ਜੀ। ਪਰ ਕਈ ਜਗ੍ਹਾ ਵੀ ਪ੍ਰੋਗਰਾਮ ਹੋਏ ਨੇ, ਪਰ ਤੁਸੀਂ ਇਹ ਜਗ੍ਹਾ 'ਤੇ ਜਾ ਕੇ ਜੁੱਤੀ ਸੁੱਟਣ ਦਾ ਮਾਮਲਾ ਕਿਸ ਤਰ੍ਹਾਂ ਚਰਚਾ ਦੇ ਵਿੱਚ ਲੈ ਕੇ ਆਏ? ਦੇਖੋ, ਇਹ ਮੇਰੀ ਪਲੈਨਿੰਗ ਵੀ ਹੈਗੀ ਸੀ, ਪਲੈਨਿੰਗ ਇਹ ਸੀ, ਇਹ ਜਿੱਥੇ ਬੋਲਦੇ ਨੇ ਅਸੀਂ ਦਰਬਾਰ ਸਾਹਿਬ ਦੇ ਵਿੱਚ, ਅਸੀਂ ਗੁਰੂ ਕੀ ਨਗਰੀ ਦੇ ਵਿੱਚ ਆਹ ਕੁਛ ਕਰ ਦਿੱਤਾ, ਹੈ ਨਾ, ਅਤੇ ਗੁਰੂ ਕੀ ਨਗਰੀ ਸਾਨੂੰ ਐਂ ਕਰੂ ਵੀ ਗੁਰੂ ਕੀ ਨਗਰੀ ਦੇ ਸਿਆਂ ਕਰਦਾ। ਮੈਂ ਕਹਿੰਦਾ ਸੀ, ਮੈਂ ਕਿਹਾ ਇੱਥੋਂ ਸ਼ੁਰੂਆਤ ਕਰਨਗੇ, ਇੱਥੋਂ ਹੀ ਪਲੈਨਿੰਗ ਬਣਾਈ ਜਾਵੇ, ਇਹ ਗੁਰੂ ਕੀ ਨਗਰੀ ਹੀ ਇਹਨਾਂ ਦਾ ਬੇੜਾ ਬਹਾਵੇ, ਜਿਹੜੇ ਬੰਦੇ ਝੂਠ ਬੋਲਦੇ ਨੇ। ਦੇਖੋ, ਅਸੀਂ ਕਹਿੰਦੇ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ, ਠੀਕ ਹੈ, ਉਸ ਗੁਰੂ ਦੇ ਨਾਲ ਕੀ ਕੀਤਾ ਇਹਨਾਂ ਨੇ, ਹੈ ਨਾ। ਅਤੇ ਮੈਂ ਕਹਿੰਦਾ ਵੀ ਉਸ ਗੁਰੂ ਦੀ ਹਿੰਮਤ ਹੈ ਮੇਰੇ ਵਿੱਚ, ਤਾਂ ਇੰਨੇ ਇਕੱਠ ਵਿੱਚ ਬੰਦਾ ਨਹੀਂ ਕੁਛ ਬੋਲ ਨਹੀਂ ਸਕਦਾ, ਜਿਸ ਤਰੀਕੇ ਨਾਲ ਮੈਥੋਂ ਗੁਰੂ ਸਾਹਿਬ ਨੇ ਬੁਲਾ ਦਿੱਤਾ, ਹੈ ਨਾ, ਇਹ ਗੁਰੂ ਸਾਹਿਬ ਦੀ ਰਹਿਮਤ ਹੀ ਹੈ ਬਾ ਜੋ ਕੁਛ ਮੈਂ ਬੋਲ ਦਿੱਤਾ ਉੱਥੇ। ਜਿਹੜੇ ਜੁੱਤੀ ਸੁੱਟਣ ਦਾ ਮਾਮਲਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਗਿਆ ਜਾਂ ਸੁਖਬੀਰ ਬਾਦਲ? ਇਹ ਵਾਰ ਵਾਰ ਸਵਾਲ ਮੀਡੀਆ ਪੁੱਛਦਾ, ਮੈਂ ਕਿੰਨੀ ਇੰਟਰਵਿਊ ਕਰਦੀ ਹਾਂ, ਸਾਰੇ ਹੀ ਸਵਾਲ ਪੁੱਛਦੇ, ਠੀਕ ਹੈ, ਠੀਕ ਹੈ। ਇਹ ਤਾਂ ਸਾਰਾ ਇਕੱਠਾ ਹੀ ਹੈ ਜੀ। ਹੁਣ ਜੇ ਮੰਨ ਲਓ ਗੱਲ, ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕੀਤਾ, ਹੈ ਨਾ, ਫਿਰ ਅਕਾਲੀ ਦਲ ਸਾਹਮਣੇ ਆਵੇ, ਜੇ ਅਕਾਲੀ ਦਲ ਨੂੰ ਟਾਰਗੇਟ ਕੀਤਾ ਤਾਂ ਉਹ ਸੁਖਬੀਰ ਬਾਦਲ ਨੂੰ ਬਾਹਰ ਕੱਢ ਕੇ ਮਾਰਨ ਫਿਰ ਉਹ, ਠੀਕ ਹੈ। ਕਰਤਾ ਧਰਤਾ ਤਾਂ ਸੁਖਬੀਰ ਬਾਦਲ ਹੀ ਹੈ ਇਸ ਵਕਤ, ਠੀਕ ਹੈ ਨਾ, ਟਾਰਗੇਟ ਤਾਂ ਸੁਖਬੀਰ ਬਾਦਲ ਹੀ ਹੋਊਗਾ, ਅਤੇ ਅਕਾਲੀ ਦਲ ਤਾਂ ਨਾਲ ਆਪ ਹੀ ਆਊਗਾ। ਅਕਾਲੀ ਦਲ ਹੁਣ ਕਿੱਥੇ ਰਹਿ ਗਿਆ ਭਾਅ ਜੀ? ਪਹਿਲਾਂ ਤਾਂ ਤੁਹਾਡੇ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਗਿਆ, ਹੁਣ ਜਿਸ ਇਸ ਤਰ੍ਹਾਂ ਅਨਿਲ ਜੋਸ਼ੀ ਜਿਹੜਾ ਐਂਟਰ ਹੋਇਆ ਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਤੁਸੀਂ ਤੁਹਾਡੇ ਵੱਲੋਂ ਉਦੋਂ ਹੀ ਸਟੈਪ ਚੁੱਕਿਆ ਗਿਆ, ਕੀ ਇਹ ਸਟੈਪ ਅਨਿਲ ਜੋਸ਼ੀ ਕਾਰਨ ਚੁੱਕਿਆ ਗਿਆ ਤੁਹਾਡੇ ਵੱਲੋਂ? ਨਹੀਂ 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 ਅਨਿਲ ਜੋਸ਼ੀ ਕਿਹੜੇ ਬਾਗ ਦੀ ਮੂਲੀ ਆ ਜੀ, ਉਹ ਤਾਂ ਪਹਿਲਾਂ BJP ਦੇ ਵਿੱਚ ਹੁੰਦਾ ਸੀ, ਠੀਕ ਹੈ, ਉਹ ਕੱਪੜੇ ਬਦਲ ਕੇ ਇੱਧਰ ਆ ਗਿਆ ਜੀ ਉਹ, ਠੀਕ ਹੈ। ਉਹ ਤਾਂ ਉਹਨੂੰ ਪਤਾ ਸੀਗਾ ਵੀ ਜਿਹੜੇ BJP ਲੀਡਰ ਨੇ ਕਿਸਾਨ ਛੇਤਰ ਫਿਰੀ ਜਾਂਦੇ ਨੇ, ਲੋਕਾਂ ਦੇ ਵੀ ਜਾ ਨਹੀਂ ਸਕਦੇ, ਠੀਕ ਹੈ, ਵੀ ਮੇਰੇ ਵੀ ਸ਼ਾਇਦ ਛੇਤਰ ਪੈਣਗੇ, ਉਹਨੂੰ ਇਹ ਲੱਗਦਾ ਸੀਗਾ। ਹੁਣ ਕੱਪੜੇ ਬਦਲ ਕੇ ਬਲਦਲ ਵਿੱਚ ਆ ਕੇ ਜਿੱਤਣ ਜੁੱਤਣ ਦੀ ਆਸ, ਉਹਦੇ ਪੱਲੇ ਵੀ ਕੁਛ ਨਹੀਂ ਕਿ ਐਵੇਂ ਫਾਲਤੂ ਪਾਣੀ ਵੀ ਡਾਂਗਾਂ ਨੇ, ਠੀਕ ਹੈ ਜੀ, ਮਾਰੀ ਜਾਵੇ। ਜੋਸ਼ੀ ਤਾਂ ਕਿਸੇ ਬਾਗ ਦੀ ਮੂਲੀ ਨਹੀਂ, ਨਾ 13 ਚੋਣਾਂ 3 ਚੋਂ ਕੁਛ ਨਹੀਂ ਹੈਗਾ ਜੀ, ਠੀਕ ਹੈ। ਇਹ ਜੋਸ਼ੀ ਦਾ ਕਿਹੜਾ ਜਿੱਤ ਜੂਗਾ ਜੀ? ਬਦਲ ਕੇ ਤਾਂ ਆਪਦੀਆਂ ਸੀਟਾਂ ਨਹੀਂ ਬਚਾ ਸਕਦੇ ਐਤਕੀ, ਠੀਕ ਹੈ।
ਨਹੀਂ ਫਿਰ ਤੁਹਾਡਾ ਕੀ ਵਿਚਾਰ ਹੈ ਅੱਗੋਂ, ਤੁਸੀਂ ਕਿਹੜੀ ਪਾਰਟੀ ਦੇ ਵਿੱਚ ਜਾ ਰਹੇ? ਨਹੀਂ ਨਹੀਂ ਪਾਰਟੀ ਕੋਈ ਨਹੀਂ ਜੀ, ਦੇਖੋ ਮੈਂ ਪਹਿਲਾਂ ਵੀ ਜਿੰਨੀਆਂ ਇੰਟਰਵਿਊ ਹੋਈਆਂ ਨੇ ਹੈ ਨਾ, ਹਜੇ ਹੋਰ ਬੰਦੇ ਫੋਨ ਕਰ ਰਹੇ ਨੇ ਹੈ ਨਾ, ਦੇਖੋ ਮੈਂ ਕਿਸੇ ਪਾਰਟੀ ਵੱਲ ਨਹੀਂ ਜਾਣਾ ਜੇ ਮੈਂ ਇਲੈਕਸ਼ਨ ਲੜਨੀ ਹੋ ਹੈ ਨਾ। ਦੇਖੋ ਕੱਲ੍ਹ ਨੂੰ ਕੀ ਹੋ ਸਕਦਾ ਹੈ ਨਾ, ਇਹ ਸੰਗਤ 'ਤੇ ਡਿਪੈਂਡ ਹੈ, ਜੇ ਮੈਨੂੰ ਕੋਈ ਹੈ ਨਾ ਆਮ ਜਨਤਾ ਵੱਲੋਂ ਕੋਈ ਅਪਰੋਚ ਹੋਊਗੀ ਹੈ ਨਾ, ਮੈਂ ਉਸ ਹਿਸਾਬ ਨਾਲ ਕੋਈ ਫੈਸਲਾ ਲੈ ਸਕਦਾ। ਹਾਲੇ ਮੈਂ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦਾ ਨਾ ਮੈਂ ਰੱਖਣੇ, ਠੀਕ ਹੈ? ਜੇ ਇਲੈਕਸ਼ਨ ਲੜਨੀ ਹੋ, ਇਲੈਕਸ਼ਨ ਤਾਂ ਦੇਖੋ ਖਰਚਾ ਕਰਨ ਦੀ ਲੋੜ ਨਹੀਂ, ਮੈਂ ਇੱਕ ਗੱਡੀ 'ਤੇ ਆਪ ਜਾਊਂਗਾ, ਠੀਕ ਹੈ? ਜਿੱਥੇ ਕਹੋਗੇ ਉੱਥੇ ਇਲੈਕਸ਼ਨ ਲੜੂੰਗਾ, ਆਜ਼ਾਦ ਲੜ ਲੂੰਗਾ, ਠੀਕ ਹੈ? ਮੈਂ ਕੀ ਕਰਨਾ ਜੀ, ਮੈਂ ਤਾਂ ਕਰਤੂਤਾਂ ਦੱਸਣੀ ਇਹਨਾਂ ਦੀਆਂ, 25 ਸਾਲ ਵਿੱਚ ਆ ਕੀਤਾ, ਮੇਰੇ ਕੋਲ ਬਹੁਤ ਕੁਛ ਪਿਆ ਬੋਲਣ ਵਾਸਤੇ, ਦੱਸ ਦੂੰਗਾ, ਜਵਾਬ ਦੇ ਦੇਣਾ ਆ ਕੇ, ਲੋਕਾਂ ਨੂੰ ਦੱਸ ਦੇਣਾ ਕਿ, ਠੀਕ ਹੈ ਨਾ? ਹੁਣ ਆਪਾਂ ਸਾਹਮਣੇ ਬੈਠੇ, ਤੁਸੀਂ ਮੇਰੇ ਤੋਂ ਸਵਾਲ ਪੁੱਛ ਰਹੇ ਹੋ, ਮੈਥੋਂ ਪੁੱਛ ਲੈਣ, ਮੈਂ ਦੱਸ ਦੂੰਗਾ, ਮੈਂ ਪੁੱਛੂੰਗਾ ਇਹ ਦੱਸ ਦੇਣਾ। ਪਰ ਇੱਕ ਕਥਾ ਵਾਚਕ ਹੋ ਤੁਸੀਂ, ਕੀ ਸੰਗਤ ਸੋਚੇਗੀ ਕਿਸ ਤਰ੍ਹਾਂ ਦਾ, ਤੁਸੀਂ ਮਤਲਬ ਕਥਾ ਵਾਚਕ ਹੋਣ ਦੇ ਬਾਵਜੂਦ ਤੁਸੀਂ ਕਿਹੜੇ ਰਸਤੇ ਨੂੰ ਤੁਸੀਂ ਅਪਣਾ ਲਿਆ? ਭਾਅ ਜੀ, ਗੁਰੂ ਸਾਹਿਬ ਦੇ ਨਾਲ ਜਿੰਨੇ ਸਿੰਘ ਸੀ ਸਾਰੇ ਉਹ ਬਾਣੀ ਪੜ੍ਹਨ ਵਾਲੇ ਸੀ, ਕਥਾ ਕਰਨ ਵਾਲੇ ਸੀ, ਠੀਕ ਹੈ? ਉਹਨਾਂ ਨੇ ਖੰਡੇ ਖੜਕਾਏ ਨੇ ਮੈਦਾਨਾਂ ਦੇ ਵਿੱਚ ਜਾ ਕੇ, ਠੀਕ ਹੈ? ਦੋਸ਼ੀਆਂ ਦੇ ਖਿਲਾਫ ਹੀ ਖੜਕਾਏ ਨੇ, ਭਲੇ ਮਨ ਨੂੰ ਥੋੜ੍ਹੀ ਕੁੱਟਿਆ ਕਿਸੇ ਨੇ, ਉਹਨਾਂ ਜਿਹੜੇ ਚੋਰ ਠੱਗ ਸੀ ਉਹਨਾਂ ਦੇ ਖਿਲਾਫ਼ ਲੜੇ ਨੇ, ਠੀਕ ਹੈ? ਅਤੇ ਇਹ ਸੁਖਬੀਰ ਬਾਦਲ ਕੇ ਪਰਿਵਾਰ ਸਾਰਾ ਚੋਰ ਠੱਗ ਹੀ ਹੈ ਜੀ, ਹੋਰ ਕੀ ਨੇ? ਜੇ ਮੈਂ ਲੜ ਪਿਆ ਮੈਂ ਕੀ ਹੋ ਗਿਆ? ਮੈਂ ਤਾਂ ਜੁੱਤੀ ਮਾਰੀ ਹੀ ਆਇਆ, ਮੈਂ ਕਿਤੇ ਸਿਰ ਥੋੜ੍ਹੀ ਵੱਜੀ ਹੈ, ਕੋਈ ਡੰਗ ਥੋੜ੍ਹੀ ਮਾਰੀ, ਕੋਈ ਥੋੜ੍ਹੀ ਕੀਤਾ, ਮੈਂ ਤਾਂ ਰੋਸ ਹੀ ਪ੍ਰਗਟ ਕੀਤਾ। ਸਾਡੇ ਜਿਹੜੇ ਗੁਰੂ ਸਾਹਿਬ ਦੇ ਨਾਲ ਸਿੰਘ ਸੀ ਸਾਰਿਆਂ ਨੇ ਉਹਨੇ ਇਹ ਕਾਰਨਾਮੇ ਕੀਤੇ ਹੋਏ ਨੇ, ਬਹੁਤ ਵੱਡੇ ਵੱਡੇ ਕੀਤੇ ਹੈ, ਮੈਂ ਜ਼ੁਲਮਾਂ ਦਾ ਨਾਸ਼ ਕੀਤਾ ਉਹਨਾਂ ਨੇ, ਇਹ ਜ਼ੁਲਮ ਹੀ ਹੈ ਜੀ, ਇਹ ਤਾਂ ਔਰੰਗਜ਼ੇਬ ਤੋਂ ਭੈੜਾ ਰਾਜ ਸੀ ਇਹਨਾਂ ਦਾ, ਹੁਣ ਦੁਬਾਰਾ ਫਿਰ ਉਹਨੂੰ ਫਿਰਦੇ ਆ। ਅਤੇ ਜੁੱਤੀ ਸੁੱਟਾਂ ਦੇ ਮਾਲ ਇਹਦੇ ਵਿੱਚ ਕੋਈ ਕਾਰਵਾਈ ਤੁਹਾਡੀ ਕਰਵਾਈ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ? ਨਹੀਂ, ਸ਼੍ਰੋਮਣੀ ਅਕਾਲੀ ਦਲ ਦਾ ਤਾਂ ਮੈਨੂੰ ਪਤਾ ਨਹੀਂ ਜੀ ਉਹਨਾਂ ਨੇ ਕੋਈ ਕੰਪਲੇਂਟ ਕੀਤੀ ਹੈ ਕਿ ਨਹੀਂ ਕੀਤੀ ਹੈ, ਪਰ ਪੁਲਿਸ ਵੱਲੋਂ ਕਾਰਵਾਈ ਜ਼ਰੂਰ ਹੋਈ ਸੀਗੀ, ਉਹਨਾਂ ਦਾ ਫਰਜ਼ ਬਣਦਾ ਕਿਉਂਕਿ ਡਿਊਟੀ ਦੇ ਆਫਿਸਰ ਹੈਗੇ ਆ, ਮੌਕੇ 'ਤੇ ਹੈਗੇ ਸੀਗੇ ਜੀ, ਪਰਚਾ ਹੋਇਆ ਸੀਗਾ, ਅਤੇ ਇੱਕ ਦਿਨ ਅਤੇ ਇੱਕ ਰਾਤ ਮੈਂ ਰਿਹਾ ਥਾਣੇ ਦੇ ਵਿੱਚ, ਚੌਂਕੀ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਅਤੇ ਜਵਾਨਤ ਹੋ ਗਈ ਸੀ, ਕੋਈ ਗੱਲ ਨਹੀਂ। ਕੋਈ ਰਿਮਾਂਡ ਰਿਮੂੰਡ ਵੀ ਦਿੱਤੀ ਗਈ ਕਿ ਵੈਸੇ ਉਹਨਾਂ ਨੇ ਤੁਹਾਨੂੰ ਉੱਥੇ ਅਰੈਸਟ ਕਰ ਛੱਡਿਆ? ਨਹੀਂ, ਰਿਮਾਂਡ ਤਾਂ ਦੇ ਨਹੀਂ ਸਕਦੇ, ਉਹਨੂੰ ਪਤਾ ਸੀਗਾ ਵੀ ਹੈ ਨਾ, ਜਦੋਂ ਮੀਡੀਆ ਸਾਹਮਣੇ ਗੱਲ ਆਉਂਦੀ ਫਿਰ ਮੁਸ਼ਕਿਲ ਹੋ ਜਾਂਦੀ ਹੈ ਗੱਲ ਇਹ। ਨਾਲੇ ਮੈਂ ਕਿਹੜਾ ਜੀ ਕੋਈ ਆਪਣੇ ਇਕੱਲੇ ਘਰ ਲਈ ਦਿੱਤਾ ਹੈ, ਮੈਨੂੰ ਪਤਾ ਸੀਗਾ ਕਿ ਕੋਈ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ, ਠੀਕ ਹੈ? ਪੰਜਾਬ ਅੱਜ ਕਿਹੜੇ ਰਸਤੇ ਤੁਰ ਪਿਆ ਜੀ, ਨਸ਼ਿਆਂ ਦਾ ਦਲਦਲ ਇੱਥੇ ਹੈਗਾ, ਠੀਕ ਹੈ ਜੀ? ਅਤੇ ਇਹਨਾਂ ਨੇ ਲੁੱਟ ਖਸੁੱਟ ਜਿਹੜੀ ਕੀਤੀ ਹੈ, ਪੰਜਾਬ ਨੂੰ ਤਾਂ ਜੀ ਇੱਕ ਬਸ ਮਜ਼ਦੂਰ ਬਣਾ ਕੇ ਰੱਖ ਦਿੱਤਾ ਇਹਨਾਂ ਨੇ, ਮਜ਼ਦੂਰ ਪਹਿਲਾਂ ਹੀ ਤੰਗ ਨੇ, ਠੀਕ ਹੈ? ਅਤੇ ਮੇਰਾ ਇਕੱਲੇ ਦਾ ਮਸਲਾ ਨਹੀਂ ਸੀਗਾ ਜੀ, ਮੈਂ ਤਾਂ ਇੱਕ ਸ਼ੁਰੂਆਤ ਕੀਤੀ ਹੈ ਜੁੱਤੀ ਮਾਰਨ ਦੀ, ਹੁਣ ਇਹ 100 ਦਿਨ ਦਾ ਟੂਰ ਰੱਖਿਆ ਹੋਇਆ ਨੇ ਸੁਖਬੀਰ ਬਾਦਲ ਨੇ, ਹੈ ਨਾ, ਪਿੰਡਾਂ ਮੈਂ ਜਾਊਗਾ, ਮੈਂ ਸ਼ੁਰੂਆਤ ਕਰ ਦਿੱਤੀ, ਹਜ਼ਾਰਾਂ ਫੋਨ ਮੈਨੂੰ ਜੂਸਦੇ ਆਏ ਹੋਏ, ਉਹ ਕਹਿੰਦੇ ਬਾਬਾ ਜੀ ਤੁਸੀਂ ਇੱਕ ਵਾਰੀ ਸ਼ੁਰੂਆਤ ਕਰਤੀ, ਕਹਿੰਦੇ ਜੀ, ਕਹਿੰਦੇ ਅਸੀਂ ਬੱਟ ਹੁਣ ਅਸੀਂ ਕੱਢਾਂਗੇ, ਕੋਈ ਗੱਲ ਨਹੀਂ, ਹੁਣ ਸਾਡੀ ਵਾਰੀ ਹੈ, ਦੇਵਾਂਗੇ ਤੇਲ, ਠੀਕ ਹੈ? ਇਹ ਸਹੀ ਹੈ ਜੀ ਗੱਲ, ਇਹ ਪਿੰਡਾਂ ਦੇ ਵਿੱਚ ਉਹਦੇ ਇਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕੀ? ਉਹ ਤਾਂ ਦੇਖੋ ਜੀ, ਇਹ ਮੇਰੇ ਇਕੱਲੇ ਕਹਿਣ ਦੀ ਗੱਲ ਨਹੀਂ, ਤੁਸੀਂ ਮੀਡੀਆ ਵਿੱਚ ਹਰ ਵਕਤ ਰਹਿੰਦੇ ਹੋ, ਹੈ ਨਾ, ਐਕਟਿਵ ਹੋ ਤੁਸੀਂ, ਹੈ ਨਾ, ਤੁਹਾਨੂੰ ਸਭ ਜ਼ਿਆਦਾ ਪਤਾ ਹੈ ਨਾ, ਪਰ ਜੋ ਕੁਛ ਮੈਨੂੰ ਪਤਾ ਉਹ ਮੈਨੂੰ ਪਤਾ ਹੈ, ਪਿੰਡਾਂ ਦੇ ਜਿਹੜੇ ਹਾਲਾਤ ਨੇ ਉਹ ਉਹਨਾਂ ਦੇ ਸਾਰੇ ਵਿਗਾੜਨ ਵਾਲੇ ਵੀ ਅਕਾਲੀ ਦਲ ਵਾਲੇ ਹੈ ਜਾਂ ਕਾਂਗਰਸ ਵਾਲੇ ਸਾਰੇ, ਹੈ ਨਾ, ਇਹਨਾਂ ਪਾਰਟੀਆਂ ਦੇ ਕੰਮ ਹੈ, ਠੀਕ ਹੈ? ਅਤੇ ਔਰ ਲੋਕ ਵੀ ਅੱਕੇ ਹੋਏ ਨੇ ਜੀ, ਲੋਕ ਹੁਣ ਪਤਾ ਕੀ ਕਹਿੰਦੇ ਜੀ, ਦੇਖੋ ਮੈਂ ਤੁਸੀਂ ਪਹਿਲਾਂ ਕਿਹਾ ਸੀ ਵੀ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ, ਬਿਲਕੁਲ ਨਹੀਂ ਰੱਖਦਾ, ਪਰ ਲੋਕ ਚਾਹੁੰਦੇ ਬਦਲਾਅ ਹੋਵੇ, ਬਦਲਾਅ ਆਵੇ, ਠੀਕ ਹੈ? ਮੈਂ ਤਾਂ ਇੱਥੇ ਤੱਕ ਵੀ ਕਹਿਣ ਨੂੰ ਤਿਆਰ ਹਾਂ ਵੀ ਸਾਡਾ ਜਿਹੜਾ ਦੇਸ਼ ਹੈ ਨਾ, ਇਹ ਆਜ਼ਾਦ ਨਹੀਂ ਹੋਣਾ ਸੀ, ਇਹ ਗੁਲਾਮ ਹੀ ਰਹਿੰਦਾ ਤਾਂ ਵਧੀਆ ਰਹਿੰਦਾ ਸ਼ਾਇਦ, ਅੱਜ ਆਹ ਦਿਨ ਨਾ ਦੇਖਣੇ ਪੈਂਦੇ ਸਾਨੂੰ, ਠੀਕ ਹੈ? ਪਰ ਕੀ ਲੱਗਦਾ ਅੱਜ ਆਜ਼ਾਦ ਹਾਂ ਅਸੀਂ? ਕਿੱਥੋਂ ਆਜ਼ਾਦ ਹਾਂ ਜੀ, ਆਜ਼ਾਦ ਹੁਣ ਦੇਖੋ ਜੇ ਮੇਰੇ ਵਿੱਚ ਹਿੰਮਤ ਹੈਗੀ ਹੈ ਮੈਂ ਬੋਲ ਰਿਹਾ ਜੀ, ਹੁਣ IGPC ਦੇ ਕਿੰਨੇ ਤੁਸੀਂ ਪਹਿਲਾਂ ਪ੍ਰਚਾਰਕ ਦੀ ਗੱਲ ਕੀਤੀ, ਕਥਾਵਾਚਕ ਦੀ ਗੱਲ ਕੀਤੀ, IGPC ਦੇ ਕਿੰਨੇ ਪ੍ਰਚਾਰਕ ਨੇ, ਕੋਈ ਬੋਲ ਸਕਦਾ ਇਹ ਗੱਲ ਜਿਹੜੀ ਮੈਂ ਬੋਲਦੀ ਹਾਂ? ਮੈਂ ਆਜ਼ਾਦ ਹਾਂ, ਮੈਂ ਬੋਲ ਸਕਦਾ, ਮੈਂ ਜਥੇਦਾਰ ਨੂੰ ਵੀ ਕਹਿੰਦਾ, ਜੰਗੀਰ ਕੌਰ ਨੂੰ ਵੀ ਕਹਿੰਦਾ, ਸੁਖਬੀਰ ਬਾਦਲ ਨੂੰ ਵੀ ਕਹਿੰਦਾ, ਜੇ ਬੰਦੇ ਦੇ ਪੁੱਤੋਂ ਮਾਂ ਦਾ ਦੁੱਧ ਪੀਤਾ ਪਿਓ ਦੇ ਸ਼ਕੇ ਦੇ ਸਾਹਮਣੇ ਬੈਠ ਕੇ ਗੱਲ ਕਰੋ, ਜਵਾਬ ਦਿਓ ਅਤੇ ਮੈਂ ਜਵਾਬ ਲੈਂਦਾ। ਪਰ ਹੁਣ ਜਿਸ ਤਰ੍ਹਾਂ ਕਿ ਇਲੈਕਸ਼ਨ ਨੇੜੇ ਆ ਰਹੇ ਨੇ, ਪਰ ਤੁਹਾਡੇ ਵੱਲੋਂ ਕੋਈ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਬੜੀਆਂ ਹੀ ਗੱਲਾਂ ਆ ਰਹੀਆਂ ਵਾ, ਸਾਨੂੰ ਸੂਤਰਾਂ ਤੋਂ ਪਤਾ ਲੱਗ ਰਿਹਾ,
ਕੋਈ ਕਿਹੜੀ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਹੋ? ਦੇਖੋ ਭਾਅ ਜੀ, ਪਾਰਟੀ ਕੋਈ ਨਹੀਂ ਮਾੜੀ ਹੁੰਦੀ, ਹੈ ਨਾ, ਉਹਦੇ ਵਿੱਚ ਬੰਦੇ ਮਾੜੇ ਹੁੰਦੇ ਆ, ਠੀਕ ਹੈ, ਅਤੇ ਹਾਲੇ ਕਿ ਮੇਰਾ ਕੋਈ ਹਰ ਮਨਸ਼ਾ ਹੈ ਨਹੀਂ ਕਿਸੇ ਪਾਸੇ ਜਾਣ ਵਾਸਤੇ, ਹੈ ਨਾ, ਕੌਲਾਂ ਤੁਹਾਡੀ ਗੱਲ ਸਹੀ ਹੈ, ਮੈਨੂੰ ਬਹੁਤ ਆ ਰਹੀਆਂ ਨੇ, ਮੈਂ ਕਿਸੇ ਪਾਸੇ ਨਹੀਂ ਜਾਣਾ, ਨਾ ਹਲੇ ਜਾਣ ਦੀ ਕੋਈ ਤਮੰਨਾ ਹੈਗੀ ਹੈ, ਠੀਕ ਹੈ, ਮੈਂ ਜੋ ਕੁਛ ਕਰਨਾ ਕੌਮ ਲਈ ਕਰਨਾ ਔਰ ਆਪਣੇ ਪੰਜਾਬ ਲਈ ਕਰਨਾ। ਪਰ ਇਕੱਲੇ ਤਾਂ ਕਰਨਾ ਬੜਾ ਔਖਾ, ਪਰ ਕਿਸੇ ਦੇ ਨਾਲ, ਜਿਸ ਤਰ੍ਹਾਂ ਹੁਣ ਦੇਖੋ ਤੁਸੀਂ ਅਨਿਲ ਜੋਸ਼ੀ ਦੇਖੋ, ਤੁਸੀਂ ਜਿਸ ਤਰ੍ਹਾਂ ਚਲਾ ਗਿਆ ਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਇਕੱਲੇ ਤਾਂ ਆਪਾਂ ਕਰ ਨਹੀਂ ਸਕਦੇ, ਕਿਸੇ ਦੇ ਨਾਲ ਤਾਂ ਤੁਹਾਨੂੰ ਜੁੜਨਾ ਪਏਗਾ ਨਾ। ਕਿਹਨੂੰ ਤੁਸੀਂ ਪਸੰਦ, ਤੁਹਾਡੇ ਵੱਲੋਂ ਕਿਹਨੂੰ ਪਸੰਦ ਕੀਤਾ ਜਾ ਰਿਹਾ? ਚਲੋ ਉਹ ਸਮਾਂ ਦੱਸੂਗਾ ਜੀ, ਹਾਲੇ ਨਹੀਂ ਕੁਛ ਕਿਹਾ ਜਾ ਸਕਦਾ, ਅਤੇ ਜ਼ਰੂਰੀ ਵੀ ਕਿਸੇ ਪਾਰਟੀ ਨੇ ਜੁੜਨਾ, ਹੋਰ ਨਵੀਂ ਧਿਰ ਵੀ ਕੋਈ ਆ ਸਕਦੀ ਹੈ, ਬਹੁਤ ਕੁਛ ਹੈ, ਕਿਸਾਨ ਬੈਠੇ ਨੇ ਸਾਡੇ, ਠੀਕ ਹੈ, ਅਤੇ ਹੋਰ ਬੜੀਆਂ ਇੱਥੇ ਲਹਿਰਾਂ ਉੱਠੀਆਂ ਨੇ ਜੀ, ਠੀਕ, ਕੁਛ ਕਰ ਸਕਦੇ ਹਾਂ ਆਪਾਂ। ਦੇਖੋ ਮੇਰਾ ਮਕਸਦ ਇੱਕੋ ਹੀ ਹੈ ਜੀ, ਹੈ ਨਾ, ਪਰਮਾਤਮਾ ਅੱਗੇ ਜਾਨ ਦੇਣੀ ਹੈ, ਮੈਂ ਸਿੱਖ ਹੋਣ ਦੇ ਨਾਂ 'ਤੇ ਕਹਿੰਦਾ, ਹੈ ਨਾ, ਮੈਂ ਤਾਂ ਝੂਠ ਤਾਂ ਨਹੀਂ ਜੀ ਬੋਲਿਆ ਜਾਂਦਾ, ਠੀਕ ਹੈ, ਜੇ ਕੋਈ ਪਾਰਟੀ ਕਹਿ ਵੀ ਦੇਵੇ ਕੱਲ੍ਹ ਨੂੰ ਵੀ ਕਹਿੰਦੀ ਜੇ ਇੱਧਰ ਆ ਜਾਓ, ਹੈ ਨਾ, ਮੈਂ ਤਾਂ ਸੰਗਤ ਦੇ ਸਾਹਮਣੇ ਫੈਸਲਾ ਕਰੂੰ, ਮੀਡੀਆ ਸਾਹਮਣੇ, ਵੀ ਆਹ ਸ਼ਰਤਾਂ ਨੇ ਮੰਨਦੇ ਹੋ? ਪਹਿਲੀ ਗੱਲ ਤਾਂ ਮੇਰਾ ਹਾਲੇ ਤੱਕ ਕੋਈ ਮਨਸਾ ਹੈ ਹੀ ਨਹੀਂ ਕਿਸ ਬਾਰੇ ਜਾਣ ਦੀ, ਠੀਕ ਹੈ, ਹੋ ਸਕਦਾ ਕੋਈ ਤੀਸਰਾ ਫਰੰਟ ਨਵਾਂ ਪੈਦਾ ਹੋ ਜੇ, ਕਰਾਂਗੇ। ਕਿਸਾਨਾਂ ਦੇ ਨਾਲ ਤੁਸੀਂ ਚੱਲ ਸਕਦੇ ਹੋ? ਹਾਂ ਹਾਂ, ਕਿਸਾਨਾਂ ਨਾਲ ਚੱਲਣਾ ਕਿਉਂ ਨਹੀਂ ਗਾ ਜੀ, ਮੈਂ ਇਹੀ ਤਾਂ ਰੋਸ ਸਾਡੇ ਮਨ ਦੇ ਵਿੱਚ ਜ਼ਿਆਦਾ, ਵੀ ਦੇਖੋ ਉੱਥੇ 600 ਬੰਦਾ ਮਰ ਗਿਆ ਕਿਸਾਨ, ਇਹ ਬੰਦੇ ਰੈਲੀਆਂ ਕਰੀ ਜਾਂਦੇ, ਠੀਕ ਹੈ, ਜਿਹਦੇ ਜਿੱਦਾਂ ਕਿਸਾਨ ਧਰਨਾ ਲਾਉਂਦੇ, ਫਿਰ ਤਾਂ ਕਹਿੰਦੇ ਕਰੋਨਾ ਆ ਗਿਆ ਜੀ, ਫਲਾਨਾ ਆ ਗਿਆ ਜੀ, ਅਤੇ ਹੁਣ ਨਹੀਂ ਕਰੋਨਾ ਆਉਂਦਾ, ਹੁਣ 3000 ਦਾ ਘੱਟ ਸੀ, ਉੱਥੇ ਘੱਟੋ ਘੱਟ ਪੈਲਸ ਦੇ ਵਿੱਚ, ਉੱਥੇ ਕਰੋਨਾ ਕਿੱਥੇ ਸੀਗਾ ਜੀ? ਪਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਜਨਤਾ ਤੁਹਾਨੂੰ ਦੇਖ ਰਹੀ ਹੈ, ਕੋਈ ਮੈਸੇਜ ਦੇ ਦਿਓ ਜਿਸ ਤਰ੍ਹਾਂ ਪਬਲਿਕ ਤੁਹਾਨੂੰ ਦੇਖ ਰਹੀ ਹੈ? ਮੈਸੇਜ ਇਹੀ ਹੈ ਜੀ, ਇਹਨਾਂ ਪਾਰਟੀਆਂ ਦਾ, ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਸਾਨੂੰ ਬਾਈਕਾਟ ਕਰਨਾ ਪਊ ਜੇ ਪੰਜਾਬ ਨੂੰ ਬਚਾਉਣਾ ਹੈ। ਔਰ ਯੂਥ ਨੂੰ ਬੇਨਤੀ ਹੈ ਵੀ ਲੜਾਈ ਤੋਂ ਥੋੜ੍ਹਾ ਸੰਕੋਚ ਕਰੋ, ਜੇ ਕੋਈ ਲੀਡਰ ਮਿਲਦਾ ਉਹਨੂੰ ਸਵਾਲ ਕਰੋ, ਮੱਥੇ 'ਤੇ ਤਰੇਲੀਆਂ ਆ ਜਾਣ, ਠੀਕ ਹੈ, ਫਿਰ ਫਾਇਦਾ। ਲੜਾਈ ਝਗੜੇ ਦੇ ਨਾਲ ਤਾਂ ਏਜੰਸੀਆਂ ਵੀ ਚਾਹੁੰਦੀਆਂ ਨੇ, ਸੈਂਟਰ ਵੀ ਚਾਹੁੰਦਾ, ਠੀਕ ਹੈ, ਵੀ ਪੰਜਾਬ ਦਾ ਮਾਹੌਲ ਖਰਾਬ ਹੋਵੇ, ਅਸੀਂ ਕੋਈ ਪੱਤੇ ਖੇਡ ਕੇ ਕੋਈ ਨਵੀਂ, ਹੈ ਨਾ, ਬਹਿਬਤ ਕਰਕੇ ਅਸੀਂ ਸੱਤਾ ਵਿੱਚ ਆਈਏ, ਉਹ ਤਾਂ ਚਾਹੁੰਦੇ ਆ, ਠੀਕ ਹੈ। ਮੇਰਾ ਤਾਂ ਮੈਸੇਜ ਇਹੀ ਹੈ ਵੀ ਆਪਣੇ ਘਰਾਂ ਦੇ ਵਿੱਚ ਸੋਚ ਵਿਚਾਰ ਕੇ, ਪੜ੍ਹਿਆ ਲਿਖਿਆ ਯੂਥ ਹੈਗਾ, ਸਾਰੇ ਪੜ੍ਹਿਆ ਲਿਖਿਆ, ਨੈੱਟ ਦਾ ਸਮਾਂ ਹੈਗਾ ਜੀ, ਠੀਕ ਹੈ, ਸਭ ਨੂੰ ਸਮਝ ਹੈਗੀ ਹੈ। ਔਰ ਜਿੱਤ ਹਾਰ ਦੀ ਇੱਥੇ ਗੱਲ ਨਹੀਂ, ਮੈਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਕਹਿ ਚੁੱਕਾ, ਤੁਸੀਂ ਸਟੈਂਡ ਲਓ ਵੀ ਆਹ ਬੰਦਾ ਹੱਕਦਾਰ ਹੈਗਾ ਵੋਟ ਦਾ, ਆਹ ਬੰਦੇ ਦਾ ਕਿਰਦਾਰ ਹੈਗਾ, ਇਹਦੀ ਬੈਕਗਰਾਊਂਡ ਕਿੱਦਾਂ ਦੀ ਹੈ, ਇਹ ਪੰਜਾਬ ਲਈ ਕੁਛ ਕਰ ਸਕਦਾ, ਇਹ ਕੌਮ ਦਾ ਦਰਦ ਰੱਖਦਾ, ਪੰਜਾਬ ਦਾ ਦਰਦ ਰੱਖਦਾ, ਅਸੀਂ ਉਸ ਬੰਦੇ ਦਾ ਸਾਥ ਦੇਣਾ, ਇਹ ਜ਼ਰੂਰੀ ਹੈ। ਇੱਕ ਮੈਂ ਤੁਹਾਨੂੰ ਨਾਲ ਹੋਰ ਐਡ ਕਰ ਦੇਣਾ, ਠੀਕ ਹੈ, ਦੇਖੋ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਵਿਗਾੜਨ ਵਾਲੇ ਕੌਣ ਨੇ? ਹੁਣ ਤੂੰ ਸੀ ਅਤੇ ਮੈਂ ਤਾਂ ਵਿਗਾੜਿਆ ਨਹੀਂ, ਵਿਗਾੜਨ ਵਾਲੀਆਂ ਵੀ ਪਾਰਟੀਆਂ ਨੇ, ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇੱਕ ਦੂਸਰੇ ਨਾਲ ਲੜਾ ਰਹੇ ਨੇ, ਹੈ ਨਾ, ਅਤੇ ਘਰ ਦੇ ਵਿੱਚ 4 ਮੈਂਬਰ ਨੇ, 2 ਕਹਿੰਦੇ ਸੀ ਕਾਂਗਰਸ ਦੀਆਂ, 3 ਕਹਿੰਦੇ ਸੀ ਅਕਾਲੀਆਂ, ਕੋਈ ਕਹਿੰਦਾ ਮੈਂ ਝਾੜੂ ਬਣਾ, ਕੋਈ ਕਹਿੰਦਾ ਫਲਾਨਾ, ਠੀਕ ਹੈ, ਘਰ ਦੇ ਵਿੱਚ ਪਵਾੜੇ ਪਾਏ ਪਏ ਨੇ, ਇਹ ਤਾਂ ਤੁਸੀਂ ਮੰਨਦੇ ਹੋ ਨਾ ਚੀਜ਼ ਨੂੰ, ਪੋਲੀਟਿਕਸ ਐਸੀ ਗੰਦੀ ਰਾਜਨੀਤੀ ਇਹ ਬੰਦੇ ਕਰ ਰਹੇ ਨੇ, ਇਹ ਚੀਜ਼ ਤੋਂ ਸਾਨੂੰ ਬਚਣ ਦੀ ਲੋੜ ਹੈ, ਠੀਕ ਹੈ। ਤੁਹਾਡੇ ਹੱਥ ਵਿੱਚ ਵੋਟ ਦਾ ਹੱਕ ਹੈ ਜੀ, ਉਹ ਪਾਵਰ ਹੈ, ਤੁਸੀਂ ਵਰਤ ਸਕਦੇ ਹੋ, ਠੀਕ ਹੈ, ਇਸ ਤਰੀਕੇ ਦੇ ਨਾਲ ਚੱਲੋ, ਬਸ ਇਹੀ ਮੈਸੇਜ ਸਾਰੇ ਪੰਜਾਬ ਨੂੰ, ਮੇਰੀ ਇੱਕ ਸ਼ੁਰੂਆਤ ਹੈ ਜੀ, ਠੀਕ ਹੈ, ਮੈਂ ਕਰ ਦਿੱਤੀ ਹੈ, ਠੀਕ ਹੈ, ਅਤੇ ਇਹ ਇੱਦਾਂ ਨਹੀਂ ਹੈਗੀ, ਇਹ ਤਾਂ ਇੱਕ ਤੀਲੀ ਲਾਈ ਹੈ, ਠੀਕ ਹੈ, ਇੱਕ ਤੀਲੀ ਜੰਗਲ ਨੂੰ ਸਾੜ ਕੇ ਰਾਹ ਕਰ ਦਿੰਦੀ ਹੈ, ਤੁਹਾਨੂੰ ਪਤਾ, ਠੀਕ ਹੈ, ਅਤੇ ਇਹਨਾਂ ਦੀਆਂ ਭੁੱਬਾਂ ਕਢਾ ਦਿਉ, ਠੀਕ ਹੈ, ਅਤੇ ਜਿਹੜੇ ਆ ਮਜੀਠੀ ਵਰਗੇ ਬੋਲਦੇ ਨੇ ਨਾ, ਕਿਤੇ ਸਿੱਧੂ ਨੂੰ ਕਿਤੇ ਕਿਸੇ ਨੂੰ ਬੋਲੀ ਜਾਂਦੇ ਨੇ ਆਵੇ ਦੀ, ਤੁਸੀਂ ਦੇਖੋ, ਤੁਸੀਂ ਵੀ ਉਹਦੇ ਪ੍ਰੋਗਰਾਮ ਸੁਣਿਆ ਜੋਸ਼ੀ ਦੇ ਪ੍ਰੋਗਰਾਮ ਦੇ ਵਿੱਚ, ਠੀਕ ਹੈ, ਉੱਥੇ ਮਜੀਠੀਆ ਬੋਲਿਆ 15 ਮਿੰਟ ਘੱਟੋ ਘੱਟ, ਤੁਸੀਂ ਮੈਨੂੰ ਇੱਕ ਵਿਸ਼ਾ ਦੱਸੋ, ਇੱਕ ਇਸ਼ੂ ਦੱਸੋ ਪੰਜਾਬ ਦਾ ਉਹਨੇ ਛੇੜਿਆ ਹੋਵੇ, ਛੇੜਿਆ ਕੋਈ, ਸਿੱਧੂ ਐਂ ਕਰਦਾ, ਫਲਾਨਾ ਐਂ ਕਰਦਾ, ਸਿੱਧੂ ਕਹਿੰਦਾ ਮਜੀਠੀਆ ਇੱਦਾਂ ਕਰਦਾ, ਕੋਈ ਹੈ ਵਿਸ਼ਾ ਇਹਨਾਂ ਕੋਲ? ਉਹ ਬਾਂਦਰਾਂ ਵਾਲੀ ਲੜਾਈ ਹੈਗੀ ਨਹੀਂ, ਠੀਕ ਹੈ, ਅਤੇ ਪੰਜਾਬ ਦਾ ਕੋਈ ਫਿਕਰ ਹੈਗਾ ਇਹਨਾਂ ਨੂੰ? ਬਿਲਕੁਲ ਨਹੀਂ। 5000 ਕਰੋੜ ਦੀ ਹੀਰੋਇਨ ਦਾ ਵਪਾਰ ਕਿਹਨੇ ਕੀਤਾ? ਮਜੀਠੀਏ ਨੇ ਕੀਤਾ, ਕੋਈ ਕਹਿ ਸਕਦਾ ਇਹ? ਮੈਂ ਕਹਿੰਦਾ ਸਾਹਮਣੇ ਉਹਦੇ, ਮੈਂ ਉਹਨੂੰ ਕਿਹਾ ਵੀ ਸੀ ਜਿੱਦਾਂ ਬੋਲ ਰਿਹਾ ਸੀ, ਮੈਂ ਵਿੱਚ ਬੋਲਿਆ ਹੋਈ ਸੀ, ਮੈਂ ਕਿਹਾ ਸ਼ਰਮ ਕਰ ਮਾੜੀ ਮੋਟੀ, 5000 ਕਰੋੜ ਦੀ ਹੀਰੋਇਨ ਤੂੰ ਲੈ ਕੇ ਆਇਆ, ਮੈਂ ਸ਼ਰਮ ਕਹੀ ਹੈ, ਅਤੇ ਹੁਣ ਵੀ ਇਹੀ ਕਰਨਾ,
ਹੁਣ ਜਿਹੜੇ ਜਿਹੜੇ ਜਿਹੜਾ ਯੂਥ ਕੁਛ ਤਾਂ ਨਸ਼ੇੜੀ ਬਣਾਇਆ ਹੋਇਆ ਇਹਨਾਂ ਨੇ, ਠੀਕ ਹੈ, ਉਹ ਸਾਰਾ ਹੁਣ ਦੁਬਾਰਾ ਫਿਰ ਉੱਦਾਂ ਹੀ ਚੱਲਣਾ, ਠੀਕ ਹੈ। ਅਤੇ ਇਹ ਤਾਂ ਜੀ ਬਸ ਸਾਨੂੰ ਸਮਝਣ ਦੀ ਲੋੜ ਹੈ, ਜੇ ਐਤਕੀ ਇਸ ਕੀ ਨਾ ਬਚੇ ਨਾ ਨਾ ਸਮਝੇ ਤਾਂ ਤੁਸੀਂ ਦੇਖ ਲਓ ਜਿਹੜਾ ਪੰਜਾਬ ਰਹਿੰਦਾ ਖੁੰਦਾ ਉਹਦਾ ਵੀ ਇਹ ਮਲੀਆ ਮੇਟ ਕਰਕੇ ਰੱਖ ਦੇਣਗੇ, ਸਭ ਕੁਛ ਖਤਮ ਕਰ ਦੇਣਗੇ। ਇਹ ਸੀ ਸਾਡੇ ਨਾਲ ਗਿਆਨੀ ਬੂਟਾ ਸਿੰਘ ਜੀ, ਕੈਮਰਾਮੈਨ ਤਰੁਣ ਦੇ ਨਾਲ, ਰਿਪੋਰਟਰ ਗੌਰਵ ਕੁਮਾਰ, ਅੰਮ੍ਰਿਤਸਰ।